ਜੇ ਐਗਜ਼ਾਮਪਲ ਨੰਬਰ 15 ਦੇਖਿਓ ਐਗਜ਼ਾਮਪਲ ਨੰਬਰ 15 ਇਚ ਕਹਿ ਰਿਹਾ ਗਿਵ ਪੋਸੀਬਲ ਐਕਸਪ੍ਰੈਸ਼ਨ ਫੋਰ ਦਾ ਲੈਂਥ ਐਂਡ ਬ੍ਰੈਥ ਆਫ ਈਚ ਆਫ ਦਾ ਫਾਲਿੰਗ ਰੈਕਟੈਂਗਲਸ ਵੀ ਨੋ ਦੈਟ ਇਨ ਰੈਕਟੈਂਗਲ ਇੱਕ ਰੈਕਟੈਂਗਲ ਸਾਡੇ ਕੋਲ ਦੋ ਅਡਜਸਟਨ ਜਿਹੜੀਆਂ ਸਾਈਡਸ ਹੁੰਦੀਆਂ ਨੇ ਉਹਨਾਂ ਦਾ ਪ੍ਰੋਡਕਟ ਇਜ਼ ਇਕੁਅਲ ਟੂ ਕੀ ਹੁੰਦਾ ਜਿਵੇਂ ਇਹ ਇੱਕ ਰੈਕਟੈਂਗਲ ਹੈ ਕਲੀਅਰ ਇਹ ਆ ਦੀ ਲੈਂਥ ਹੈ ਔਰ ਇਹ ਆ ਦੀ ਬ੍ਰੈਥ ਹੈ ਅਗਰ ਆਪਾਂ ਲ ਇੰਟੂ ਬੀ ਕਰ ਦਈਏ ਤੇ ਬੱਚੇ ਮੈਨੂੰ ਕੀ ਮੰਦਾ ਹੈ एल इन टू बी करण से सौ बन एरिया ठीक है हम उन्हें एरिया की जगह की दिता है देखो एरिया के दे लिखा उन्हें लिखे एरिया इज ए पोलिनोमल क्वाडोरेटिक पोलिनोमल ठीक है क्वाडरेटिक पोलिनोमल हूं चेक करो इट मीन्स एरिया दे, एरिया की देख देनेटरिक कोडिलेटरल क्वाडरिक पोलिनोमल दे ठीक है ਕੁਆਡਰੈਟਿਕ ਪੋਲੀਨੋਮিয়াল ਦੇ ਰਿਹਾ ਤੋ ਐਲ ਔਰ ਬੀ ਕੀ ਹੋਏਗਾ ਐਲ ਔਰ ਬੀ ਦੋ ਨੇ ਨਾ ਦੋ ਨੇ ਕੁਆਡਰੈਟਿਕ ਦੀ ਪਾਵਰ ਕਿੰਨੀ ਹੁੰਦੀ ਆ ਪਾਵਰ ਇੱਕ ਕੁਆਡਰੈਟਿਕ ਦੀ ਪਾਵਰ 2 ਹੁੰਦੀ ਆ ਸੋ ਇਹਦੇ ਦੋ ਫੈਕਟਰ ਆਣਗੇ ਸੋ ਐਲ ਔਰ ਬੀ ਕੀ ਬਣਨਗੇ ਇਹਦੇ ਫੈਕਟਰ ਬਣਨਗੇ ਤੇ ਤੁਸੀਂ ਕਰਨਾ ਕੀ ਆ ਸੋ ਤੁਸੀਂ ਇਹਦੇ ਫੈਕਟਰ ਕਢਣੇ ਆ ਕੁਆਡਰੈਟਿਕ ਦੇ ਫੈਕਟਰ ਕਿਵੇਂ ਕਢਣੇ ਹੋ ਮੈਂ ਤੁਹਾਨੂੰ ਸਮਝਾਇਆ ਆ ਠੀਕ ਹੈ ਹੁਣ ਉਹ ਜਿਹੜੇ ਤੁਹਾਡੇ ਕੋਲ ਦੋ ਫੈਕਟਰ ਆਣਗੇ ਉਹ ਹੋਏਗਾ ਜੋ ਵੀ ਫੈਕਟਰ ਆਣਗੇ ਉਹ ਹੋਏਗਾ ਐਲ ਇੰਟੂ ਬੀ ਠੀਕ ਹੈ ਉਹ ਹੋਏਗਾ l b ਉਹ ਦੋਨੋਂ ਨੂੰ ਮਲਟੀਪਲਾਈ ਕਰਨ ਦੇ ਨਾਲ ਤੁਹਾਨੂੰ ਕੋ ਪੋਲਿਨੋਮিয়াল ਬਣੇਗੀ ਠੀਕ ਹੈ ਤਾਂ ਜੋ ਜਿਹੜਾ ਤੁਹਾਡਾ ਫੈਕਟੋਰਾਇਜ਼ੇਸ਼ਨ ਕਰਕੇ ਜਿਹੜਾ ਤੁਹਾਡਾ ਅਨਸਰ ਆਏਗਾ ਨਾ ਉਹੀ ਹੋ ਕੀ ਆਣਗੇ ਉਹਦੀਆਂ ਸਾਈਡਸ ਆਣਗੀਆਂ ਉਹਨੇ ਕੀ ਲਿਖਿਆ ਆ ਫਾਈਂਡ ਐਕਸਪ੍ਰੈਸ ਲੈਂਥ ਐਂਡ ਬ੍ਰੈਡਥ ਟੂ ਵਿਜੂ ਫਾਲਿੰਗ ਰੈਕਟੈਂਗਲ ਇਨ ਫਰੰਟ ਹਾਂ ਕਿਹਾ ਲੈਂਥ ਔਰ ਬ੍ਰੈਡਥ ਦੇ ਆਪਾਂ ਪੋਸੀਬਲ ਐਕਸਪ੍ਰੈਸ਼ਨਸ ਦੇਣੇ ਆ ਹੁਣ ਇਹਦੇ ਵਿੱਚ ਇਹ ਨਹੀਂ ਕਿ ਜਿਹੜੇ ਵੀ ਤੁਹਾਡੇ ਦੋ ਫੈਕਟਰ ਬਣਨਗੇ ਨਾ ਉਹਦੇ ਵਿੱਚ ਜਿੰਨੂੰ ਮਰਜ਼ੀ ਤੁਸੀਂ ਲੈਂਥ ਬੋਲ ਦੋ ਤੇ ਜਿੰਨੂੰ ਤੁਸੀਂ ਮਰਜ਼ੀ ਬ੍ਰੈਡਥ ਬੋਲ ਜਿਹੜੇ ਨੇ ਉਹ ਤੁਹਾਡੇ ਐਕਸਪ੍ਰੈਸ਼ਨਸ ਲੈਂਥ ਟੂ ਬ੍ਰੈਥਥ ਜਾਉਣਗੇ ਸੇਮ ਸਾਹ ਆਪਾਂ ਕੁਐਸਚਨ ਨੰਬਰ ਅ 15 ਦਾ ਸੈਕਸ਼ਨ ਪਾਰ ਵੀ ਕਰ ਸਕਦੇ ਆ ਐਨਸੀਆਰਟੀ ਸੋਲੂਸ਼ਨ ਦੇਖੋਗੇ ਉੱਥੇ ਤੁਹਾਨੂੰ ਹੋਰ ਜਾ ਕਲੈਰਟੀ ਹੋਏਗੀ ਮੈਂ ਤੁਹਾਨੂੰ ਦੱਸਦਾ ਇਹ ਇਕੁਏਸ਼ਨ ਫੋਲੋ ਕਰਨੀ ਹੈ ਥਿਸ ਇਜ਼ ਅ ਪੋਲੀਨੋਮੀਅਲ ਔਰ ਜਿਹਦੇ ਦੇ ਫੈਕਟਰ